ਪਿਛਲੇ 6 ਦਿਨਾਂ ਤੋਂ ਬੋਰਵੈਲ 'ਚ ਫਸੇ ਫਤਿਹਵੀਰ ਦੀ ਅੱਜ ਮੌਤ ਹੋ ਚੁੱਕੀ ਹੈ। ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਸਾਡੇ ਨਾਲ ਇੱਥੇ ਤ੍ਰਿਪਤ ਰਜਿੰਦਰ ਬਾਜਵਾ ਜੀ ਨੇ, ਰੂਰਲ ਡਿਵੈਲਪਮੈਂਟ ਮਿਨਿਸਟਰ ਨੇ। ਸਰ, ਇੱਕ ਕੈਸੀ ਡਿਵੈਲਪਮੈਂਟ ਹੋਈ ਹੈ ਕਿ ਅੱਜ ਅਸੀਂ ਇੱਕ 2 ਸਾਲ ਦੇ ਬੱਚੇ ਨੂੰ ਬਚਾ ਨਹੀਂ ਸਕੇ? ਦੇਖੋ, ਇਹ ਬਦਕਿਸਮਤੀ ਆ, ਮੇਰੀ ਇੱਕ ਸਟੇਟ ਦੀ ਨਹੀਂ, ਮੁਲਕ ਦੀ ਵੀ ਬਦਕਿਸਮਤੀ ਆ ਕਿ ਸਾਰੇ ਮੁਲਕ 'ਚ ਕੋਈ ਇਹੋ ਜਿਹਾ ਇਕੁਪਮੈਂਟ ਹੈ ਨਹੀਂ ਜਿਹੜਾ ਟਾਈਮ ਤੋਂ ਤੇਜ਼ ਚੱਲ ਕੇ ਜਾਨ ਬਚਾ ਸਕੇ। ਪਰ ਇਹਦੀ ਸਾਰੀ ਪਹਿਲਾਂ ਹਿਸਟਰੀ ਦੇਖਣ ਦੀ ਲੋੜ ਹੈ ਵੀ ਇਹ ਬੋਰ ਜਿਹਨੇ ਕੀਤਾ ਉਹਨੇ ਇਹਨੂੰ ਬੋਰ ਨੂੰ ਖੁੱਲ੍ਹਿਆ ਕਿਉਂ ਛੱਡਿਆ? ਬੋਰ ਮੈਂ ਜੋ ਸੁਣਿਆ ਵੀ ਬੜਾ ਪੁਰਾਣਾ ਹੋਇਆ ਸੀਗਾ, ਅਤੇ ਜੇ ਬੋਰ ਇੰਨਾ ਪੁਰਾਣਾ ਘਰ ਵਾਲਿਆਂ ਨੇ ਖੁੱਲ੍ਹਿਆ ਛੱਡਿਆ ਹੈ ਤਾਂ ਇਹਦੇ 'ਚ ਸਰਕਾਰਾਂ ਦਾ ਕੀ ਕਸੂਰ ਆ? ਪਰ ਕਿਤੇ ਨਾ ਕਿਤੇ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜੋ ਪ੍ਰਬੰਧ ਹੋਣੇ ਚਾਹੀਦੇ ਸੀ ਸਰਕਾਰ ਵੱਲੋਂ ਉਹ ਹੋਏ। ਪ੍ਰਬੰਧ ਦੀ ਗੱਲ ਆ ਵੀ ਉਹ ਇਕਵਿਪਮੈਂਟ ਹੈ ਨਹੀਂ, ਉਹ ਸਾਡੇ ਕੋਲ ਹਥਿਆਰ ਹੈ ਨਹੀਂ, ਉਹ ਸਾਡੇ ਕੋਲ ਸਮਾਨ ਹੈ ਨਹੀਂ, ਉਹ ਸਾਡੇ ਕੋਲ ਮਸ਼ੀਨਰੀ ਹੈ ਨਹੀਂ ਜਿਹਦੇ ਨਾਲ ਅਸੀਂ ਬੜੀ ਛੇਤੀ ਥੱਲੇ ਇੰਨਾ ਡੂੰਘਾ ਬੋਰ ਕਰ ਸਕੀਏ ਅਤੇ ਇਹੋ ਜਿਹੀਆਂ ਜੋ ਆਉਣ ਵਾਲੀਆਂ ਪਰਮਾਤਮਾ ਕਰੇ ਇਹੋ ਜਿਹੀਆਂ ਘਟਨਾਵਾਂ ਨਾ ਹੋਣ, ਪਰ ਜੇ ਹੋਣ ਤਾਂ ਉਹ ਸਾਡੇ ਕੋਲ ਉਹੋ ਜਿਹਾ ਸਮਾਨ ਹੋਣਾ ਚਾਹੀਦਾ। ਇਹਦੇ ਬਾਰੇ ਅਸੀਂ ਵਿਚਾਰ ਕਰਾਂਗੇ, ਮੇਰਾ ਰੂਰਲ ਡਿਵੈਲਪਮੈਂਟ ਮਹਿਕਮਾ ਵਾ, ਮੈਂ ਆਪਣੇ ਅਫਸਰਾਂ ਦੀ ਮੀਟਿੰਗ ਵੀ ਕਰਾਂਗਾ ਅਤੇ ਕੋਸ਼ਿਸ਼ ਕਰਾਂਗੇ ਕਿਤੇ ਦੁਨੀਆ 'ਚ ਜੇ ਕੋਈ ਲੱਭ ਸਕੇ ਇਹੋ ਜਿਹਾ ਕੋਈ ਸਮਾਨ। ਸਰਕਾਰ ਅੱਗੇ ਵੀ ਬੇਨਤੀ ਕਰਾਂਗੇ, ਸੀ ਐੱਮ ਸਾਹਿਬ ਨਾਲ ਡਿਸਕਸ ਕਰਾਂਗੇ, ਉਹਨੂੰ ਰਿਕੁਐਸਟ ਕਰਾਂਗੇ ਵੀ ਜੇ ਹੋ ਸਕੇ ਤਾਂ ਪੰਜਾਬ 'ਚ 2-3 ਥਾਵਾਂ 'ਤੇ ਇਹੋ ਜਿਹਾ ਸਮਾਨ ਪਿਆ ਹੋਣਾ ਚਾਹੀਦਾ ਜਿਹੜਾ ਡੀਪ ਬੋਰ ਕਰਕੇ ਛੇਤੀ ਇਹੋ ਜਿਹੀ ਗੱਲ ਹੋਈ ਹੋਈ ਤਾਂ ਜਾਨ ਬਚਾਈ ਜਾ ਸਕਦੀ। ਸਾਹਿਬ, ਚਾਈਨਾ ਦੇ ਵਿੱਚ ਇੱਕ ਬੱਚਾ 300 ਮੀਟਰ ਫੁੱਟ ਡੂੰਘੇ ਬੋਰਵੈਲ ਦੇ ਵਿੱਚ ਡਿੱਗਿਆ, 2 ਘੰਟਿਆਂ ਦੇ ਵਿੱਚ ਉਹਨਾਂ ਨੇ ਕੱਢ ਲਿਆ ਰੋਬਟ, ਉੱਥੇ ਉਹਨਾਂ ਕੋਲ ਨਹੀਂ, ਸਾਡੇ ਕੋਲ ਇਸ ਤਰ੍ਹਾਂ ਦੀ ਤਕਨੀਕ ਕਿਉਂ ਨਹੀਂ? ਆਪਣੇ ਕੋਲ ਹੈ ਨਹੀਂ ਗਾ, ਇਹੋ ਇਸੇ ਕਰਕੇ ਆ ਵੀ ਹੁਣ ਗੱਲ ਸਾਹਮਣੇ ਆਈ ਆ, ਇਹਦੇ ਬਾਰੇ ਉਸ ਮਸ਼ੀਨਰੀ ਬਾਰੇ ਪਤਾ ਕੀਤਾ ਜਾਊਗਾ, ਸਰਕਾਰ ਸੀਰੀਅਸਲੀ ਵਿਚਾਰ ਕੀਤੀ ਜਾਏ ਕਰੇਗੀ ਅਤੇ ਮੇਰਾ ਖਿਆਲ ਕੈਪਟਨ ਸਾਹਿਬ ਨੂੰ ਰਿਕੁਐਸਟ ਕਰਾਂਗੇ ਵੀ ਉਹ ਇਸ ਬਾਰੇ ਛੇਤੀ ਫੈਸਲਾ ਕਰਨ ਅਤੇ ਇਹੋ ਜਿਹੀਆਂ 2-3 ਮਸ਼ੀਨਰੀਆਂ ਪੰਜਾਬ ਵਿੱਚ ਹੋਣੀਆਂ ਚਾਹੀਦੀਆਂ। ਬਾਜਵਾ ਸਰ, ਲੋਕ ਇਹ ਗੱਲ ਕਹਿੰਦੇ ਨੇ ਕਿ ਕੈਪਟਨ ਸਾਹਿਬ ਨੇ ਸਿੱਧੇ ਤੌਰ 'ਤੇ ਪੂਰੇ 5 ਦਿਨ ਬੀਤਣ ਤੋਂ ਬਾਅਦ ਇੱਕ ਟਵੀਟ ਕੀਤਾ, ਲੋਕਾਂ ਦਾ ਲੋਕਾਂ ਦੀਆਂ ਗੱਲਾਂ ਦਾ ਸਾਰਾ ਜਵਾਬ ਨਹੀਂ ਦਿੱਤਾ ਜਾ ਸਕਦਾ। ਜਿਹੜੀ ਮੇਨ ਗੱਲ ਹੈ ਉਹ ਇਹੋ ਆ ਵੀ ਜੇ ਅੱਗੋਂ ਰੱਬ ਨਾ ਕਰੇ ਇਹੋ ਜਿਹੀ ਘਟਨਾ ਹੈ ਤਾਂ ਉਹਦੇ ਲਈ ਸਾਨੂੰ ਤਿਆਰੀ ਰੱਖਣੀ ਚਾਹੀਦੀ ਹੈ। ਤਾਂ ਤਿਆਰੀ ਰੱਖਣ ਦੀ ਗੱਲ ਜਿਹੜੀ ਕਹੀ ਜਾ ਰਹੀ ਹੈ ਰੂਰਲ ਡਿਵੈਲਪਮੈਂਟ ਮਿਨਿਸਟਰ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ, ਲੇਕਿਨ ਕਿਤੇ ਨਾ ਕਿਤੇ ਇਹ ਸਿੱਧੇ ਤੌਰ 'ਤੇ ਪ੍ਰਸ਼ਾਸਨ ਦੇ ਵੀ ਫੇਲੀਅਰ ਮੰਨਿਆ ਜਾ ਰਿਹਾ ਕਿਉਂਕਿ ਪ੍ਰਸ਼ਾਸਨ ਵੱਲੋਂ ਵੀ ਉਨੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜਿੰਨੇ ਕੀਤੇ ਜਾਣੇ ਚਾਹੀਦੇ ਸਨ, ਕਿਉਂਕਿ ਲੋਕਾਂ ਦਾ ਵੀ ਇਸ ਚੀਜ਼ 'ਤੇ ਗੁੱਸਾ ਰੋਸ ਹੈ ਕਿ ਪ੍ਰਸ਼ਾਸਨ ਨੇ ਉਸ ਤਰੀਕੇ ਦੇ ਕੰਮ ਨਹੀਂ ਕੀਤੇ ਜਿਸ ਤਰੀਕੇ ਦੇ ਕੰਮ ਉਹਨਾਂ ਨੂੰ ਕਰਨੇ ਚਾਹੀਦੇ ਸੀ, ਜਿਸ ਤਰੀਕੇ ਦੇ ਪ੍ਰਬੰਧ ਕਰਨੇ ਚਾਹੀਦੇ ਸੀ। 6 ਦਿਨ ਲੱਗ ਗਏ ਫਤਿਹਵੀਰ ਨੂੰ ਬਾਹਰ ਕੱਢਣ ਲਈ, ਉਹਦੀ ਮ੍ਰਿਤਕ ਦੇਹ ਨੂੰ ਕਹਿ ਸਕਦੇ ਹਾਂ ਬਾਹਰ ਕੱਢਣ ਲਈ, ਕਿਉਂਕਿ ਜਿਸ ਤਰੀਕੇ ਨਾਲ ਉਸਦੀ ਡੈਥ ਹੋਈ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ 'ਤੇ ਵੀ ਵੱਡੇ ਸਵਾਲ ਖੜ੍ਹੇ ਹੋ ਗਏ ਨੇ, ਲੇਕਿਨ ਪ੍ਰਸ਼ਾਸਨ ਉਲਟਾ ਲੋਕਾਂ ਨੂੰ ਹੀ ਜ਼ਿੰਮੇਦਾਰ ਠਹਿਰਾ ਰਿਹਾ, ਪ੍ਰਸ਼ਾਸਨ ਅਤੇ ਸਰਕਾਰ ਵੀ ਲੋਕਾਂ ਨੂੰ ਜੋ ਜ਼ਿੰਮੇਦਾਰ ਠਹਿਰਾ ਰਿਹਾ, ਕਿਉਂਕਿ ਇਹਨਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਲੋਕਾਂ ਨੇ ਬੋਰਵੈਲ ਕਿਉਂ ਖੁੱਲ੍ਹਾ ਛੱਡਿਆ, ਤਾਂ ਸਵਾਲ ਕਿਤੇ ਨਾ ਕਿਤੇ ਲੋਕਾਂ ਅਤੇ ਸਰਕਾਰ ਵੱਲੋਂ ਉਠਾਏ ਜਾ ਰਹੇ ਹਨ, ਲੇਕਿਨ ਸਰਕਾਰ ਆਪਣੀ ਜ਼ਿੰਮੇਦਾਰੀ ਤੋਂ ਕਿਤੇ ਨਾ ਕਿਤੇ ਭੱਜਦੀ ਹੋਈ ਨਜ਼ਰ ਆ ਰਹੀ ਹੈ। ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।